ਵਿਅਰ ਰੋਡ ਤੇ ਵੇਨੇ ਮੈਂ ਮੇਰੇ 15 ਦਾ ਮੋਗੇ ਪੈਟਰੋਲ ਹੁਣ ਲੋਕੇ ਗਰੁਕੇ ਨੂੰ ਕਿ ਪੈਟਰੋਲ ਦੇ ਨੇ ਜਾਣੀ ਨੇ ਦੇ ਔਰ ਜਿਹੜੇ ਆਵਣ ਵਾਲੇ ਨੂੰ ਨੇ ਰੋਕ ਤੇ ਉਹਨਾਂ ਨੂੰ ਉਹ ਰਿਕੁਐਸਟ ਕਰਦੇ ਆ ਅਗਰ ਦੇ ਸਿੰਦੇ ਉਹਨਾਂ ਦੀ ਮਿਹਰਬਾਨੀ ਨਾ ਦੇ ਸਿੰਦ ਤਾਂ ਵੀ ਉਹਨਾਂ ਦੀ ਮਿਹਰਬਾਨੀ ਅੱਧਾ ਖਣੀ ਅੱਧਾ ਥੋੜ੍ਹਾ ਜਿਹਾ ਪੈਟਰੋਲ ਦੇ ਦੇਵੀ ਇਹ ਇੱਕ ਭਾਈ ਜਾਨ ਅੱਧਾ ਹਜ਼ੂਰ ਬਖਾ ਕੇ ਇਹਨੂੰ ਥੋੜ੍ਹਾ ਜਿਹਾ ਪੈਟਰੋਲ ਮੰਗ ਦਿਓ ਅੱਧਾ ਦੇ ਆ ਥੋੜ੍ਹਾ ਜਿਹਾ ਪੈਟਰੋਲ ਆ ਵੇ ਘੱਟ ਆ ਅੱਧਾ ਸੀ ਪਹਿਲਾਂ ਜਵਾਨਾ ਜਿਹੜਾ ਆਵਣ ਸਾਡੀ ਪੈਟਰੋਲ ਦਿੱਤੇ ਟੂ ਮੋਟਰਸਾਈਕਲਾਂ ਨੇ ਦੇਖੋ ਉਹ ਨਵਾਂ ਤਕਰੀਬਨ 22 ਮਾਡਲ ਹੈ ਪਤਾ ਨਹੀਂ 23 ਮਾਡਲ ਹੈ ਕਿਉਂ ਜ਼ਰੀ ਇੱਕ ਬੂੰਦ ਨਹੀਂ ਨਿਕਲਦੀ ਇੱਕ ਕਤਰਾ ਨਹੀਂ ਨਿਕਲਦਾ ਵਿਆਹ ਫਿਰਾਏ ਮੈਂ ਰੋਡ ਤੋਂ ਟੱਪਦਾ ਪਿਆ ਹੁਣ ਕਿਤੇ ਦੇ ਹੁਣ ਇੱਕ ਨੂੰ ਵੀ ਕਤਰਾ ਨਹੀਂ ਨਿਕਲਦਾ ਬਸ ਅੱਧਾ ਆ ਕੇ ਮਿਲ ਦਾ ਸਮਝੋ ਮੁਲਾਜ਼ਮ ਨਹੀਂ ਮਾਲਕ ਹੈ ਠੀਕ ਨੇ ਡੇਗੋ ਸੀ ਹਾਂ ਦਿਲ ਉਹਨੇ ਤਾਂ ਦਿਲ ਵੱਡਾ ਲੇਕਿਨ ਵਿੱਚ ਮੋਟਰਸਾਈਕਲ ਜੋ ਕੱਖ ਨਹੀਂ ਨਿਕਲਦਾ ਪੈਟਰੋਲ ਇਤਨਾ ਮਹਿੰਗਾ ਸੀ ਕਿ ਲੋਕ ਹੁਣ ਪੈਟਰੋਲ ਅਸਲ ਪਤਾ ਨਹੀਂ ਪੰਜਾਂ ਦਾ ਪੰਜਾਂ ਦੇ ਦਿੰਦੇ ਹੀ ਕਹਿ ਨਹੀਂ 100 ਦਾ ਪਵਾ ਤੇ ਉਹਦੇ ਘਰ ਤੱਕ ਬੰਦਾ ਬਾ ਮੁਸ਼ਕਿਲ ਪੁੱਛਦੇ ਵਿਊਅਰ ਅੱਜ ਦੀ ਵੀਡੀਓ ਅਗਰ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇ ਸੋ ਬਹੁਤ ਜ਼ਿਆਦਾ ਸ਼ੁਕਰੀਆ ਅੱਲਾ ਹਾਫਿਜ਼